ਸਤਿ ਸ਼੍ਰੀ ਅਕਾਲ। ਹਾਂਜੀ, ਪੰਜਾਬ ਸਿੰਘ ਚੈਨਲ ਵੱਲੋਂ ਆਪ ਸਭ ਦਾ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਇਸ ਚੈਨਲ 'ਤੇ ਪੰਜਾਬੀ ਬੋਲੀ, ਭਾਸ਼ਾ, ਵਿਆਕਰਨ, ਲਿਪੀ ਅਤੇ ਸੱਭਿਆਚਾਰ ਅਤੇ ਇਤਿਹਾਸ ਨਾਲ ਸੰਬੰਧਿਤ ਵੀਡੀਓ ਲੈ ਕੇ ਆਉਂਦੇ ਹਾਂ ਅਤੇ ਲੈ ਕੇ ਆਉਂਦੇ ਰਹਾਂਗੇ। ਨਾਲ ਦੀ ਨਾਲ ਅਸੀਂ UGC ਨੈੱਟ ਮਾਸਟਰ ਕਾਡਰ ਪੰਜਾਬੀ ਅਤੇ ਹਿਸਟਰੀ ਅਤੇ PTET ਸੋਸ਼ਲ ਸਾਇੰਸ ਦੀ ਤਿਆਰੀ ਕਰਵਾ ਰਹੇ ਸੀ। ਤਿਆਰੀ ਕਰਨ ਲਈ ਜੁੜੇ ਰਹੋ ਅਤੇ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨੂੰ ਨਾਲ ਜ਼ਰੂਰ ਜੋੜੋ ਜੀ। ਅਸੀਂ ਪਿਛਲੀਆਂ ਵੀਡੀਓ ਦੇ ਵਿੱਚ ਲੈ ਕੇ ਆਏ ਸੀ ਕਾਫੀ ਇਤਿਹਾਸ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਲੈ ਕੇ ਆ ਰਹੇ ਹਾਂ ਪਹਿਲਾਂ ਵੀ, ਅਤੇ ਜਿਹੜੇ ਹੁਣ ਅਸੀਂ ਗੁਰੂ ਸਾਹਿਬਾਨ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਲੈ ਕੇ ਆਏ ਸੀ ਪਹਿਲਾਂ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ। ਅਤੇ ਇਹ ਜਿਹੜੇ ਕੁਐਸਚਨ ਆਨਸਰ ਇਹ ਤੁਹਾਡੇ ਪੰਜਾਬੀ ਮਾਸਟਰ ਕਾਡਰ ਦੇ ਵਿੱਚ ਅਤੇ UGC ਨੈੱਟ ਦੇ ਵਿੱਚ ਹਿਸਟਰੀ ਅਤੇ ਪੰਜਾਬੀ ਦੋਨਾਂ ਦੇ ਵਿੱਚ ਕੰਮ ਆਉਣਗੇ ਜੀ। ਨਾਲ ਦੀ ਨਾਲ ਇਹਨੂੰ ਧਿਆਨ ਨਾਲ ਵੀਡੀਓ ਨੂੰ ਸੁਣਿਓ। ਹੋ ਸਕੇ ਕਈ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜੋ ਪਹਿਲੀ ਵਾਰ ਸੁਣਨ ਨੂੰ ਮਿਲਦੀਆਂ ਨੇ, ਨੋਟ ਕਰ ਲਿਆ ਕਰੋ ਜੀ। ਵੀਡੀਓ ਨੂੰ ਆਖੀਰ ਤੱਕ ਜ਼ਰੂਰ ਸੁਣਿਓ। ਅਤੇ ਹਾਂ, ਜੇ ਵੀਡੀਓ ਵਿਚਲੀ ਜਾਣਕਾਰੀ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ। ਅਤੇ ਗੁਰੂ ਅੰਗਦ ਦੇਵ ਜੀ ਬਾਰੇ ਅਸੀਂ ਅੱਜ ਗੱਲ ਕਰਾਂਗੇ। ਪਹਿਲੀ ਵਾਰ ਇਹਨਾਂ ਦਾ ਮੇਲ ਕਿੱਥੇ ਹੋਇਆ ਸੀ ਗੁਰੂ ਨਾਨਕ ਦੇਵ ਜੀ ਨਾਲ? ਇਹ ਸੀਗਾ ਕਰਤਾਰਪੁਰ ਵਿਖੇ, ਜਦੋਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਆਖਰੀ ਸਮਾਂ ਕਰਤਾਰਪੁਰ ਸਾਹਿਬ ਦੇ ਵਿੱਚ ਬਿਤਾਇਆ ਅਤੇ ਉੱਥੇ ਗੁਰੂ ਅੰਗਦ ਦੇਵ ਜੀ ਦਾ ਉਹਨਾਂ ਨਾਲ ਮੇਲ ਹੋਇਆ ਸੀਗਾ ਉੱਥੇ। ਅਤੇ ਉਸ ਪਹਿਲਾਂ ਉਹਨਾਂ ਦਾ ਨਾਮ ਭਾਈ ਲਹਿਣਾ ਜੀ ਸੀਗਾ। ਉਹ ਇਤਿਹਾਸ ਦੇ ਵਿੱਚ ਸਾਨੂੰ ਪਤਾ ਕਿ ਗੁਰੂ ਸਾਹਿਬ ਨੇ ਉਹਨਾਂ ਦਾ ਨਾਮ ਅੰਗਦ ਦੇਵ ਜੀ ਰੱਖਿਆ ਸੀਗਾ। ਕਿਉਂ ਰੱਖਿਆ ਸੀਗਾ ਇਹ ਅਗਲਾ ਪ੍ਰਸ਼ਨ ਆ ਸਾਡੇ ਕੋਲ, ਕਿਉਂਕਿ ਭਾਈ ਲਹਿਣਾ ਜੀ ਨੂੰ ਆਪਣੇ ਸਰੀਰ ਦਾ ਅੰਗ ਸਮਝਦੇ ਸਨ। ਉਹਨਾਂ ਨੇ ਆਪਣੇ ਅੰਗ ਨਾਲ ਲਾ ਕੇ ਉਹਨਾਂ ਨੂੰ ਗਲਵੱਕੜੀ ਦੇ ਵਿੱਚ ਲੈ ਕੇ ਉਹਨਾਂ ਦਾ ਨਾਮ ਅੰਗਦ ਦੇਵ ਜੀ ਰੱਖਿਆ ਸੀਗਾ ਜੀ। ਅਤੇ ਇਹ ਦੂਸਰੇ ਗੁਰੂ ਹੋਏ ਨੇ ਸਿੱਖ ਧਰਮ ਦੇ ਵਿੱਚ। 1504 ਈਸਵੀ ਦੇ ਵਿੱਚ ਇਹਨਾਂ ਜਨਮ ਹੋਇਆ ਜੀ। 31 ਮਾਰਚ 1504 ਈਸਵੀ ਨੂੰ ਜਨਮ ਹੋਇਆ ਸੀ। ਅਤੇ ਪਿੰਡ ਸੀਗਾ ਜੀ ਮੱਤੇ ਦੀ ਸਰਾਏ, ਜਿਸਨੂੰ ਸਰਾਏ ਨਾਗਾ ਵੀ ਕਿਹਾ ਜਾਂਦਾ ਗਾ। ਅਤੇ ਮੱਤੇ ਦੀ ਸਰਾਏ ਪਿੰਡ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ ਜੀ? ਇਹ ਮੁਕਤਸਰ ਦੇ ਵਿੱਚ ਹੈ ਜੀ। ਅਤੇ ਗੁਰੂ ਅੰਗਦ ਦੇਵ ਜੀ ਦੇ ਪਿਤਾ ਦਾ ਨਾਮ ਫੇਰੂਮਲ ਅਤੇ ਮਾਤਾ ਦਾ ਨਾਮ ਸੁਭਰਾਵੀ ਦੇਵੀ ਸੀਗਾ। ਅਤੇ ਜਿਹੜਾ ਇਹਨਾਂ ਦਾ ਬਚਪਨ ਸੀਗਾ ਉਹ ਹਰੀਖੇਤ ਖੰਡੂਰ ਸਾਹਿਬ ਦੇ ਵਿੱਚ ਉਹਨਾਂ ਦਾ ਆਪਣਾ ਜਿਹੜਾ ਬਚਪਨ ਸੀਗਾ ਜੀ ਬਿਤਾਇਆ। ਅਤੇ ਗੁਰਗੱਦੀ 'ਤੇ ਕਦੋਂ ਬਿਰਾਜਮਾਨ ਹੋਏ? ਗੁਰਗੱਦੀ 'ਤੇ ਜੀ 2 ਸਤੰਬਰ 1539 ਨੂੰ ਗੁਰਗੱਦੀ 'ਤੇ ਬਿਰਾਜਮਾਨ ਹੋਏ ਜੀ। ਉਹਨਾਂ ਦਾ ਵਿਆਹ ਹੋਇਆ ਸੀ ਬੀਬੀ ਖੀਵੀ ਜੀ ਨਾਲ। ਇਹ ਸੀਗੇ ਬੀਬੀ ਖੀਵੀ ਜੀ ਨਾਲ ਉਹਨਾਂ ਦਾ ਵਿਆਹ ਹੋਇਆ ਸੀਗਾ। ਅਤੇ 2 ਪੁੱਤਰ ਦਾਤੂ ਅਤੇ ਦਾਸੂ। ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਨੂੰ ਯਾਦ ਰੱਖਣ ਦਾ ਢੰਗ ਇਹ ਕਿ ਗੁਰੂ ਅੰਗਦ, ਅੰਗਦ ਦੇ ਨਾਮ ਤੋਂ ਅਖੀਰ ਦਾ ਜਿਹੜਾ ਨਾਮ ਹੈ ਉਹਨਾਂ ਦਾ ਦ ਅੱਖਰ ਦੇ ਵਿੱਚ ਅਖੀਰਲਾ ਅੱਖਰ ਆ ਦ। ਦੱਦੇ ਤੋਂ ਦੋਵੇਂ ਉਹ ਵੀ ਦੋਵੇਂ ਅੱਖਰ ਜਾਂ ਸ਼ਬਦ ਬਣ ਗਿਆ, ਉਹ ਵੀ ਦੋਵੇਂ ਹੋ ਗਿਆ। ਦੋਵੇਂ ਪੁੱਤਰ ਸੀਗੇ ਜਿਹੜੇ ਉਹ ਕੀ ਸੀ? ਦਾਤੂ ਅਤੇ ਦਾਸੂ, ਦੋਨੇ ਹੀ ਦੱਦੇ ਅੱਖਰ 'ਤੇ। ਇਸ ਤਰੀਕੇ ਨਾਲ ਤੁਸੀਂ ਯਾਦ ਰੱਖ ਸਕਦੇ ਹੋ ਜਿਹੜਾ ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦੇ ਨਾਮ ਨੇ ਜੀ। ਅਤੇ ਉਹਨਾਂ ਦੀਆਂ ਪੁੱਤਰੀਆਂ ਦੇ ਨਾਮ, ਉਹਨਾਂ ਦੀ ਪੁੱਤਰੀਆਂ ਦੇ ਨਾਮ ਸੀਗੇ ਬੀਬੀ ਅਮਰੋ ਅਤੇ ਬੀਬੀ ਅਨੋਖੀ। ਬਿਲਕੁਲ ਇਹ ਯਾਦ ਰੱਖਣਾ ਪੈਣਾ ਜੀ ਤੁਹਾਨੂੰ ਗੁਰੂ ਅੰਗਦ ਦੇਵ ਜੀ ਦੀ ਜਿਹੜੀ। ਹਾਂ, ਇਹਦਾ ਵੀ ਇੱਕ ਤਰੀਕਾ, ਜਿਵੇਂ ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦੇ ਨਾਮ ਅਸੀਂ ਅਖੀਰਲੇ ਅੱਖਰ 'ਤੇ ਯਾਦ ਕੀਤੇ ਸੀ ਦੱਦੇ 'ਤੇ, ਦਾਤੂ ਅਤੇ ਦਾਸੂ, ਉਸੇ ਤਰੀਕੇ ਨਾਲ ਗੁਰੂ ਅੰਗਦ ਦੇਵ ਜੀ ਦੀ ਪੁੱਤਰੀਆਂ ਦੇ ਨਾਮ ਤੁਸੀਂ ਰੱਖ ਸਕਦੇ ਹੋ ਯਾਦ ਉਹਨਾਂ ਦੇ ਪਹਿਲੇ ਅੱਖਰ ਦੇ ਪਹਿਲੇ ਨਾਂ 'ਤੇ। ਅੰਗਦ ਦੇਵ ਜੀ ਦੇ ਨਾਮ ਗਾ ਅੰਗਦ ਆੜੇ ਤੋਂ ਅਮਰੋ ਅਤੇ ਆੜੇ ਤੋਂ ਅਨੋਖੀ, ਮਤਲਬ ਦੋਨੇ ਪੁੱਤਰੀਆਂ ਦੇ ਨਾਮ ਵੀ ਤੁਸੀਂ ਯਾਦ ਰੱਖ ਸਕਦੇ ਹੋ ਜੀ। ਮਹਾਨ ਕੰਮ ਕੀ ਸੀਗਾ ਗੁਰੂ ਸਾਹਿਬ ਦਾ? ਉਹਨਾਂ ਨੇ ਜਿਹੜੀ ਗੁਰਮੁਖੀ ਲਿਪੀ ਦਿੱਤੀ ਸੀਗੀ ਜੀ, ਅਤੇ ਉਹ ਸਾਨੂੰ ਪਤਾ। ਅਤੇ ਅਗਲਾ, ਕਿਉਂਕਿ ਕਾਫੀ ਵੱਡਾ ਇਹ ਦੇਣ ਆ ਇੱਕ ਗੁਰਮੁਖੀ ਲਿਪੀ ਦੀ, ਇਹਦੇ ਬਾਰੇ ਵੀ ਗੱਲ ਕਰਾਂਗੇ ਅਸੀਂ। ਗੁਰੂ ਅੰਗਦ ਦੇਵ ਜੀ ਨੇ ਕਿਸ ਤੋਂ ਆਸਾ ਕੀ ਵਾਰ ਦਾ ਪਾਠ ਸੁਣਿਆ ਸੀ? ਭਾਈ ਯੋਧਾ ਜੀ ਤੋਂ ਉਹਨਾਂ ਨੇ ਜਿਹੜਾ ਆਸਾ ਦੀ ਵਾਰ ਦਾ ਪਾਠ ਸੁਣਿਆ ਸੀ ਅਤੇ ਉਹ ਤੋਂ ਪ੍ਰਭਾਵਿਤ ਹੋਏ ਸੀਗੇ ਉਹ, ਕਿਉਂਕਿ ਪਹਿਲਾਂ ਉਹ ਦੁਰਗਾ ਪੂਜਕ ਸੀਗੇ, ਦੁਰਗਾ ਨੂੰ ਪੂਜਦੇ ਸੀਗੇ। ਅਤੇ ਉਹ ਇਹ ਯਾਨੀ ਕਿ ਭਾਈ ਯੋਧਾ ਤੋਂ ਉਹਨਾਂ ਨੇ ਇਸ ਪਾਠ ਸੁਣਿਆ ਅਤੇ ਉਸ ਤੋਂ ਬਾਅਦ ਗੁਰੂ ਜੀ ਦੇ ਨਾਲ ਉਹ ਉਹਨਾਂ ਦੀ ਸੇਵਾ ਭਗਤੀ ਦੇ ਵਿੱਚ ਲੱਗ ਗਏ ਸੀਗੇ ਜੀ। ਧਾਰਮਿਕ ਸਰਗਰਮੀਆਂ ਦਾ ਜਿਹੜਾ ਜ਼ਿਆਦਾਤਰ ਕੇਂਦਰ ਸੀਗਾ ਗੁਰੂ ਸਾਹਿਬ ਦਾ, ਉਹ ਖੰਡੂਰ ਸਾਹਿਬ ਸੀਗਾ ਜੀ। ਅਤੇ ਮਹਾਨ ਦੇਣ ਅਸੀਂ ਪਹਿਲੀ ਗੱਲ ਕਰ ਚੁੱਕੇ ਹਾਂ ਕਿ ਗੁਰਮੁਖੀ ਲਿਪੀ ਨੂੰ ਮਿਆਰੀਕਰਨ, ਮਤਲਬ ਤਰਤੀਬਬੱਧ ਕੀਤਾ ਸੀਗਾ ਜੀ ਗੁਰੂ ਅੰਗਦ ਦੇਵ ਜੀ ਨੇ। ਕਿਉਂਕਿ ਇਹ ਗੁਰਮੁਖੀ ਲਿਪੀ ਦਾ ਜਿਹੜਾ ਇਤਿਹਾਸ ਅਸੀਂ ਪਹਿਲਾਂ ਵੀਡੀਓ ਪਾਈ ਉਹਦੇ ਵਿੱਚ ਕਾਫੀ ਜਾਣਕਾਰੀ ਦਿੱਤੀ ਸੀ ਅਸੀਂ, ਮਤਲਬ ਅੱਖਰਾਂ ਨੂੰ ਤਰਤੀਬ ਦੇ ਵਿੱਚ ਕੀਤਾ ਸੀਗਾ ਜੀ। ਗੋਇੰਦਵਾਲ ਸਾਹਿਬ ਦੀ ਨੀਂਹ ਕਦੋਂ ਰੱਖੀ ਗਈ ਜੀ? 1546 ਈਸਵੀ ਦੇ ਵਿੱਚ। ਕਈ ਵਾਰੀ ਅਸੀਂ ਭੁੱਲ ਜਾਂਦੇ ਹਾਂ ਕਿ ਕਿਹੜੇ ਗੁਰੂ ਸਾਹਿਬਾਨ ਨੇ ਕਿਹੜਾ ਸ਼ਹਿਰ ਵਸਾਇਆ। ਅਤੇ ਇੱਥੇ ਵੀ ਯਾਦ ਰੱਖੋ ਕਿ ਗੁਰੂ ਅੰਗਦ, ਅੰਗਦ ਦੇਵ, ਅੰਗਦ ਜਿਹੜਾ ਅੱਖਰ ਆ ਵਿਚਕਾਰਲਾ ਅੱਖਰ ਆ ਗੱਗਾ, ਗੱਗੇ ਤੋਂ ਗੋਇੰਦਵਾਲ ਸਾਹਿਬ, ਉਹਨਾਂ ਦੀ ਨੀਂਹ ਰੱਖੀ ਸੀਗੀ ਜੀ 1546 ਦੇ ਵਿੱਚ, ਉਹਨਾਂ ਨੀਂਹ ਰੱਖੀ ਸੀਗੀ। ਅਤੇ ਅਗਲੀ ਇਹਦੇ ਵਿੱਚ ਜਿਹੜਾ ਸਵਾਲ ਆ ਸਾਡੇ ਕੋਲ, ਹਾਂਜੀ, ਉਹ ਆ ਗੋਇੰਦਵਾਲ ਸਾਹਿਬ ਦੀ ਸਥਾਪਨਾ ਕਿਸ ਗੁਰੂ ਸਾਹਿਬ ਨੇ ਕੀਤੀ ਸੀ? ਹੋ ਗਿਆ ਜੀ ਗੁਰੂ ਅੰਗਦ ਦੇਵ ਜੀ ਨੇ। ਮੈਂ ਦੱਸਿਆ ਕਿ ਢੰਗ ਯਾਦ ਕਰਨ ਦਾ, ਅੰਗਦ ਗੱਗੇ ਤੋਂ ਗੋਇੰਦਵਾਲ ਸਾਹਿਬ, ਅਤੇ ਗੋਇੰਦਵਾਲ ਸਾਹਿਬ ਦੀ ਉਹਨਾਂ ਨੇ ਜਿਹੜੀ ਸਥਾਪਨਾ ਕੀਤੀ ਸੀ ਗੁਰੂ ਅੰਗਦ ਦੇਵ ਜੀ ਨੇ ਜੀ।
ਹੋਰ ਇੱਕ ਇਹਨਾਂ ਦਾ ਜ਼ਰੂਰ ਯਾਦ ਰੱਖਿਓ ਕਿ ਜਿਹੜੀ ਇਹਨਾਂ ਦੀ ਬਾਣੀ ਦੀ ਰਚਨਾ ਇਹਨਾਂ ਨੇ ਕੀਤੀ ਆ, ਗੁਰੂ ਅੰਗਦ ਦੇਵ ਜੀ ਨੇ ਬਾਣੀ ਰਚੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਪਹਿਲਾਂ ਤਾਂ ਇਹਨਾਂ ਗੁਰੂ ਸਾਹਿਬਾਨ ਗੁਰੂ ਨਾਨਕ ਸਾਹਿਬ ਦੀ ਜਿਹੜੀ ਬਾਣੀ ਸੀ ਉਹਨੂੰ ਇਕੱਠਿਆਂ ਕੀਤਾ, ਇਹ ਵੀ ਇੱਕ ਉਹਨਾਂ ਨੇ ਮਹਾਨ ਕੰਮ ਕੀਤਾ ਸੀਗਾ ਜੀ। ਹਾਂ, ਜਿਹੜਾ ਅਸੀਂ ਲਾਸਟ 'ਤੇ ਗੱਲ ਕੀਤੀ ਸੀ ਗੋਇੰਦਵਾਲ ਸਾਹਿਬ ਜਾਂ ਨਗਰ ਵਸਾਇਆ ਸੀਗਾ, ਇਹ ਜਿਹੜੀ ਜ਼ਮੀਨ ਸੀ ਭਾਈ ਗੋਇੰਦ ਦੀ ਜ਼ਮੀਨ ਸੀ ਅਤੇ ਜਿਹਨਾਂ ਨੇ ਗੁਰੂ ਸਾਹਿਬਾਨ ਨੂੰ ਦਾਨ ਕੀਤੀ ਸੀਗੀ। ਅਤੇ ਬਾਅਦ ਦੇ ਵਿੱਚ ਗੁਰੂ ਅਮਰਦਾਸ ਜੀ ਗੋਇੰਦਵਾਲ ਨਗਰ ਦੀ ਦੇਖਭਾਲ ਦੇ ਲਈ ਆਏ ਸੀ ਇੱਥੇ। ਅਤੇ ਗੁਰੂ ਅੰਗਦ ਦੇਵ ਜੀ ਨੇ ਇੱਕ ਹੋਰ ਕੰਮ ਉਦਾਸੀ ਮੱਤ ਦਾ ਵੀ ਖੰਡਨ ਕੀਤਾ ਸੀ। ਉਦਾਸੀ ਮੱਤ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਸੀ ਉਹਨਾਂ ਨੇ ਬਣਾਈ ਸੀਗੀ, ਉਹਨਾਂ ਦਾ ਖੰਡਨ ਵੀ ਕੀਤਾ ਸੀਗਾ ਜੀ। ਇੱਕ ਵਾਲ ਬੋਧ ਲਿਖਿਆ ਸੀ ਗੁਰਮੁਖੀ ਦਾ ਲਿਪੀ ਦੇ ਸੁਧਾਰ ਕਰਨ ਸਮੇਂ ਇੱਕ ਵਾਲ ਬੋਧ ਲਿਖਿਆ ਸੀਗਾ ਜੀ। ਵਾਲ ਬੋਧ ਦੇ ਵਿੱਚ ਗਿਆਨ ਸੀਗਾ ਗੁਰਮੁਖੀ ਲਿਪੀ ਬਾਰੇ। ਬਾਕੀ ਗੁਰਬਾਣੀ ਦੇ ਵਿੱਚ ਜਿਹੜੀ ਰਚਨਾ ਗੀ ਸਭ ਤੋਂ ਘੱਟ ਅਸੀਂ ਕਹਿੰਦੇ ਹਾਂ ਅਤੇ ਗੁਰੂ ਅੰਗਦ ਦੇਵ ਜੀ ਦੇ ਜੀ 62 ਸਲੋਕ ਹੈ। ਹੋ ਸਕਦਾ ਕਈ ਜਗ੍ਹਾ 'ਤੇ ਤੁਹਾਨੂੰ ਲਿਖੇ ਹੋਏ 63 ਸਲੋਕ ਮਿਲ ਜਾਣ, ਪਰ ਜਿਹੜੀ ਸਾਡੇ ਤੱਕ ਜਾਣਕਾਰੀ ਉਹਦੇ ਮੁਤਾਬਕ 62 ਸਲੋਕ ਮਿਲਦੇ ਆ ਜੀ। ਅਤੇ ਉਸ ਤੋਂ ਬਿਨਾਂ ਜਿੰਨੀ ਵੀ ਵੱਧ ਤੋਂ ਵੱਧ ਤੁਸੀਂ ਜਾਣਕਾਰੀ ਕੋਸ਼ਿਸ਼ ਕਰੋ ਵੱਧ ਤੋਂ ਵੱਧ ਇਤਿਹਾਸ ਨੂੰ ਡੰਗਾਈ ਨਾਲ ਪੜ੍ਹੋਗੇ ਜਿੰਨਾ ਤੁਹਾਡੇ ਕੰਮ ਆਊਗਾ। ਹਰ ਇੱਕ ਕਲਾਸ ਦੀ ਕਿਤਾਬ ਨੂੰ ਡੰਗਾਈ ਦੇ ਹਿਸਾਬ ਨਾਲ ਪੜ੍ਹਿਆ ਕਰੋ, ਖਾਸ ਕਰਕੇ ਇਤਿਹਾਸ ਨੂੰ ਪੜ੍ਹਨ ਦੇ ਲਈ ਤਾਂ ਜਿਉਣਾ ਪੈਂਦਾ ਹੈ। ਕਹਿੰਦਾ ਕਿ ਲੋਕ ਮਤਲਬ ਵਰਤਮਾਨ ਨੂੰ ਜਿਉਂਦੇ ਨੇ, ਜੇ ਇਤਿਹਾਸ ਨੂੰ ਜਿਉਂਗੇ ਤਾਂ ਫਿਰ ਤੁਸੀਂ ਬਹੁਤ ਵਧੀਆ ਢੰਗ ਨਾਲ ਇਹਨੂੰ ਮਤਲਬ ਤੁਸੀਂ ਇਹਦੇ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹੋ। ਅੱਜ ਲਈ ਫਿਲਹਾਲ ਇੰਨਾ ਹੀ ਕਾਫੀ ਆ, ਕਿਉਂਕਿ ਮੈਨੂੰ ਲੱਗ ਰਿਹਾ ਕਿ ਆਲੇ ਦੁਆਲੇ ਜਿਹੜੀ ਆਵਾਜ਼ ਹੈ ਪਟਾਕਿਆਂ ਦੀ ਚੱਲ ਰਹੀ ਹੈ ਜੀ, ਦੁਸਹਿਰਾ ਮਨਾਇਆ ਜਾ ਰਿਹਾ ਲੋਕਾਂ ਵੱਲੋਂ। ਪਰ ਮਾਫੀ ਚਾਹੁੰਦਾ ਮੈਂ ਕਿ ਇੱਕ ਤਾਂ ਵੀਡੀਓ ਵੀ ਆਪਾਂ ਥੋੜ੍ਹੀ ਜਿਹੀ ਲੇਟ ਹੋ ਕੇ ਪਾਉਣ ਲੱਗੇ, ਪਰ ਫਿਰ ਵੀ ਅੱਜ ਲਈ ਫਿਲਹਾਲ ਇੰਨਾ ਹੀ ਕਾਫੀ। ਅਗਲੀ ਵੀਡੀਓ ਤੁਹਾਡੀ, ਜੇ ਤੁਸੀਂ ਆਪ ਕਮੈਂਟ ਕਰ ਦਿਆ ਕਰੋ ਹੇਠਾਂ ਵੀ ਕਿਹੜੀ ਵੀਡੀਓ ਤੁਸੀਂ ਕਿਹੜੇ ਵਿਸ਼ੇ 'ਤੇ ਚਾਹੁੰਦੇ ਹੋ, ਕੋਸ਼ਿਸ਼ ਕਰਾਂਗੇ ਅਸੀਂ ਲਿਆਉਣ ਦੀ। ਪਰ ਪਹਿਲਾਂ ਸਾਡਾ ਇੱਕ ਵਾਅਦਾ ਗਾ ਕਿ ਅਸੀਂ ਗੁਰੂ ਸਾਹਿਬਾਨ ਬਾਰੇ ਜ਼ਰੂਰ ਲੈ ਕੇ ਆਵਾਂਗੇ ਸਾਰੀ ਦੀ ਸਾਰੀ ਵੀਡੀਓ। ਅੱਜ ਲਈ ਇੰਨਾ ਹੀ ਕਾਫੀ। ਹਾਂਜੀ, ਰੱਬ ਰੱਖਾ।